फिल्म अभिनेता जय रंधावा अपनी टीम के साथ सचखंड श्री हरिमंदर साहिब पहुंचे और जय जट बिगड़ा गया फिल्म के प्रमोशन के लिए अरदास की। जी मैम, फिल्म मालूम आ रही है कि कोई खास लेके आए थे दफ्तर जी? ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ, ਕੀ ਸੁਣਾਉਂਦੇ ਇਹਦੇ ਚ? ਬਾਬਾ ਜੀ ਦੱਸਣ ਦਾ ਨਾ ਇੱਥੇ ਖੜੇ ਹੋ ਕੇ ਗੱਲ ਕਰੀ ਜੋ ਹੌਸਲਾ ਨਹੀਂ ਪੈ ਰਿਹਾ ਹੈਗਾ, ਕਿਉਂਕਿ ਖੁਦ ਨੂੰ ਨਹੀਂ ਹੁੰਦੀ ਹੈ ਉਹ ਚੀਜ਼। ਬਸ ਭਾਈ ਨੂੰ ਆਪਣਾ ਹੀ ਕਿਰਪਾ ਦੇਵੇ। ਸਾਡੀ ਜਿਹੜੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਸਾਡੀ ਲਾਗਿਚ ਆਏ ਨੇ ਅਤੇ ਮੋਸ਼ਨਸ ਦੇ ਜਾਗਰਣ ਚੁੱਕੇ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ। ਸੋ ਅਸੀਂ ਸਾਰੀ ਟੀਮ ਅਸ਼ੀਰਵਾਦ ਲੈ ਰਹੇ। ਇਹ ਤੁਹਾਡੀ ਪਹਿਲੀ ਫਿਲਮ ਹੈ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ? ਨਹੀਂ, ਮੈਂ ਉਸ ਤੋਂ ਪਹਿਲਾਂ ਸ਼ੇਅਰ ਪੱਕਾ ਕੀਤੀ ਸੀ, ਸੋ ਇਹ ਮੇਰੀ ਡੈਬਿਊ ਹੋਈ ਹੈ। ਧੰਨਵਾਦ ਜੀ। ਅੱਜ ਸਰ ਹਰਮਿੰਦਰ ਸਾਹਿਬ ਆਏ ਹੋ, ਤੁਹਾਡੀ ਫਿਲਮ ਮਾਰੀ ਜੇ ਜੱਟ ਵਿਗੜ ਗਿਆ, ਕਿਸ ਤਰ੍ਹਾਂ ਆਸ਼ੀਰਵਾਦ ਲੈਣਾ? ਸਿਰਫ ਕਿਸ ਤਰ੍ਹਾਂ ਦੀ ਸਟੋਰੀ ਇਸ ਫਿਲਮ ਦੇ ਵਿੱਚ ਜੀ? ਨਹੀਂ ਫਿਰ ਵੀ ਥੋੜ੍ਹਾ ਬਹੁਤਾ ਦੱਸੋ ਕੀ ਖਾਸ ਹੈ ਜੀ ਇਹਦੇ ਵਿੱਚ ਦਰਸ਼ਕਾਂ ਲਈ, ਕੀ ਮੈਸੇਜ ਰਹੇਗਾ? ਮੈਨੂੰ ਕਹਿੰਦਾ ਆਵਾਜ਼ ਵਾਲਾ ਸੈਂਟਰ ਸਰ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਡਮ ਜੀ ਨਮਸਕਾਰ।